ਭਾਈ ਆ ਰਹੇ ਸੀ ਇਧਰੋਂ ਆਪਣੇ ਸਾਈਡ ਟਰੱਕ ਵਾਲਾ ਰੋਂਗ ਸਾਈਡ ਆ ਕੇ ਮੂਹਰੇ ਟਰੱਕ ਮਾਰਿਆ ਗਿਆ ਟਰੈਕਟਰ ਤੇ। ਆਪਾਂ ਭਾਈ ਜਾ ਰਹੇ ਆ ਦੋਈਆਂ ਤੋਂ ਆਏ ਆ ਜਾਣਾ ਪੁੱਤਰਾਂ ਪੁੱਤਰਾਂ ਦੇ ਸਿਕੰਦਰ ਭਾਈ। ਹਾਂਜੀ ਨੁਕਸਾਨ ਭਾਜੀ ਟਰੈਕਟਰ ਸਾਰਾ ਇਕੱਠਾ ਹੋ ਗਿਆ ਵਾ, 1% ਦੀ ਟਰੱਕ ਵਾਲੇ ਦਾ ਭਾਜੀ। ਹਾਂਜੀ ਹਾਂਜੀ ਭਾਜੀ 1% ਨੀ ਆ ਕੋਈ ਚੀਜ਼ ਇਹੋ ਜਿਹੀ ਰਹੀ ਆ, ਘੱਟੋ ਘੱਟ 6 ਲੱਖ ਦਾ। ਹਾਂਜੀ ਹੁਣੇ ਹੁਣੇ ਇੱਕ ਟਰੈਕਟਰ ਦਾ ਤੇ ਟਰੈਕਟਰ ਦਾ ਐਕਸੀਡੈਂਟ ਹੋਇਆ ਜੀ, ਤੇ ਟਰੱਕ ਦੀ ਬ੍ਰੇਕ ਫੇਲ ਹੋਣ ਕਾਰਨ ਐਕਸੀਡੈਂਟ ਬਹੁਤ ਭਿਆਨਕ ਹੋਇਆ, ਲੇਕਿਨ ਇਹ ਪਰਮਾਤਮਾ ਦੀ ਕਿਰਪਾ ਹੋਈ ਕਿ ਜਾਨੀ ਨੁਕਸਾਨ ਨਹੀਂ ਹੋਇਆ। ਕਾਰਨ ਟਰੱਕ ਦੀ ਬ੍ਰੇਕ ਫੇਲ ਹੋਣ ਕਾਰਨ ਹੋਇਆ, ਦਸ ਕੁ ਮਿੰਟ ਪਹਿਲੇ ਟਰੈਕਟਰ ਦਾ ਲੋਸਟ ਹੋ ਗਿਆ ਜੀ, ਬਿਲਕੁਲ ਹੀ ਲੋਸਟ ਹੋ ਗਿਆ ਜੀ। ਅਸੀਂ ਉੱਥੇ ਆਪਣੀ ਬਾਹਰੋਂ ਗੱਡੀ ਆਉਂਦੇ ਗ੍ਰਹਿ ਵਾਲੀ, ਅਸੀਂ ਉਹਨੂੰ ਵੇਖਣ ਡੇ ਹਾਂ ਤੇ ਉਹ ਆਉਂਦਿਆਂ ਸਾਰੀ ਸਿੱਧੀ ਸਿੱਧੀ ਗੱਡੀ ਆਈ ਹੈ ਤੇ ਸਿੱਧੀ ਵਿੱਚ ਵੱਜ ਗਈ ਹੈ ਤੇ ਮੁੰਡੇ ਨੇ ਦਾਦਾ ਛਾਲ ਮਾਰਤੀ ਹੈ। ਆਹੋ ਤੇ ਟਰੱਕ ਜਿਹੜਾ ਟਰੱਕ ਦੀ ਬ੍ਰੇਕ ਫੇਲ ਹੋ ਗਈ, ਨਾ ਫੇਲ ਹੁੰਦੀ ਪਏ ਭਾਵੇਂ ਬਚਾ ਹੋ ਜਾਂਦਾ। ਹਾਂ 60 ਫੀਟ ਤੋਂ ਬਚਾ ਜੀ। ਹਾਂਜੀ ਹਾਂ ਪਹੁੰਚੀ ਹੈ, ਸਾਧਨ ਪਰੇ ਕਰਾਤਾ ਜੀ, ਉਹ ਟਰੱਕ ਸਾਈਡ ਤੇ ਲਾਤਾ ਜੀ, ਟਰਾਲੀ ਅੱਗੇ ਖੜੀ ਹੈ। ਕਿਵੇਂ ਐਕਸੀਡੈਂਟ ਹੋਇਆ ਜਿਹੜਾ? ਬ੍ਰੇਕ ਫੇਲ ਹੋ ਗਈ। ਬ੍ਰੇਕ ਫੇਲ ਹੋ ਗਈ? ਹਾਂਜੀ। ਕਿੰਨੇ ਵਜੇ ਐਕਸੀਡੈਂਟ ਹੋਇਆ? ਹੁਣੀ ਹੋਇਆ। ਬਚਾਅ ਹੋਇਆ? ਬਚਾਅ ਹੋਇਆ ਸਰ।